ਨਾਲ ਬਹੁਤ ਬਹੁਤ ਪਿਆਰ ਸਤਿਕਾਰ ਕਰਾਂਗੇ ਇੱਥੇ ਲੋਕ ਸਾਰਿਆਂ ਨੂੰ ਔਰ ਤੁਹਾਡੇ ਸਭ ਤੋਂ ਪਹਿਲਾਂ ਤੰਦਰੁਸਤੀ ਬਖਸ਼ੇ ਮੰਦਰੁਸਤੀ ਖੂਬਸੂਰਤੀ ਸਫੁਰਤੀ ਬਖਸ਼ੇ ਔਰ ਚੜ੍ਹਦੀ ਕਲਾ ਰੱਖੇ ਬਸ ਇਹੀ ਮੇਰੀਆਂ ਦੁਆਵਾਂ ਨੇ ਔਰ ਜਿਸ ਮਕਸਦ ਤੇ ਇੱਥੇ ਇਕੱਠੇ ਹੋਏ ਆ ਔਰ ਪਿੰਦਰ ਹਾਂਡਾ ਜੀ ਦੀ ਨਵੀਂ ਅਲਬਮ ਪੰਜਾਬ ਦੀ ਆਵਾਜ਼ ਔਰ ਪ੍ਰਮਾਤਮਾ ਕਰੇ ਕਿ ਪੰਜਾਬ ਦੀ ਆਵਾਜ਼ ਹਿੰਦੁਸਤਾਨ ਦੀ ਆਵਾਜ਼ ਬਣੇ ਹਿੰਦੁਸਤਾਨ ਤੋਂ ਬਾਹਰ ਜਾ ਕੇ ਵੀ ਬਲਕਿ ਇੰਟਰਨੈਸ਼ਨਲ ਆਵਾਜ਼ ਬਣੇ ਸੋ ਮੈਂ ਇਸ ਆਵਾਜ਼ ਨੂੰ ਹੋਰ ਸੁਰ ਕਲਾਮ ਦੀ ਆਮਦ ਬਖਸ਼ੇ ਮੈਂ ਜਿੰਨਾ ਵੀ ਸੁਣਿਆ ਮੈਂ ਇਹਨਾਂ ਦਾ ਜਿੰਨਾ ਵੀਡੀਓ ਦੇਖਿਆ ਬਹੁਤ ਬਾ ਕਮਾਲ ਹੈ ਔਰ ਵਿਵੇਕ ਸਾਹਿਬ ਦੇ ਗੀਤ ਲਿਖੇ ਹੋਏ ਔਰ ਵਿਸ਼ਾਲ ਖੰਨਾ ਜੀ ਦੀ ਬਣਾਈਆਂ ਹੋਈਆਂ ਧੁਨਾਂ ਬਹੁਤ ਹੀ ਅੱਛਾ ਲੱਗਿਆ ਪਰਮਾਤਮਾ ਇਹਨਾਂ ਨੂੰ ਹੋਰ ਨਵੇਕਲਾ ਅਦਾਇਗੀ ਔਰ ਕਲਾਕਾਰੀ ਬਖਸ਼ੇ ਅਦਾਕਾਰੀ ਬਖਸ਼ੇ ਬਹੁਤ ਬਹੁਤ ਇੰਨੇ ਵੱਡੇ ਹਸਤੀ ਹੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੰਜਾਬੀ ਔਰ ਨਾਨ ਪੰਜਾਬੀ ਐਵਰੀਬਡੀ ਰੀਲੀ ਰਿਸਪੈਕਟਿਵ ਸਰ ਇਹ ਸਭ ਕੁਛ ਦੇਖ ਕੇ ਹਾਊ ਡੂ ਯੂ ਫੀਲ ਅਬ ਤੁਹਾਡੀ ਸਾਰੀ ਜਰਨੀ ਮਿਊਜ਼ਿਕ ਲਾਈਫ ਜਿਹੜੀ ਤੁਸੀਂ ਦਿੱਤੀ ਹੈ ਪੂਰੀ ਹੋ ਜਾਂਦੀ ਹੈ ਤੁਹਾਨੂੰ ਕਿਵੇਂ ਜਿਹਾ ਫੀਲ ਹੁੰਦਾ ਕਿਵੇਂ ਜਿਹਾ ਪਿਆਰ ਦੇਖ ਕੇ ਇਸ ਪਿਆਰ ਨਾਲ ਸਗੋਂ ਐਨਰਜੀ ਮਿਲਦੀ ਹੈ ਸਗੋਂ ਹੋਰ ਤਾਕਤ ਮਿਲਦੀ ਹੈ ਹੋਰ ਜਿਉਣ ਦਾ ਆਸਰਾ ਮਿਲਦਾ ਹੈ ਬੇਸ਼ੱਕ ਮੇਰੇ ਨਾਮ ਦੇ ਨਾਲ ਮਰ ਜਾਣਾ ਮੈਂ ਅਕਸਰ ਲਿਖਦਾ ਪਰ ਮੈਨੂੰ ਜਿਉਣ ਜੋਗਾ ਇਹੀ ਬਣਾਉਂਦੇ ਨੇ ਇਹਨਾਂ ਨਵੇਂ ਕਲਾਕਾਰਾਂ ਦੇ ਜਿਹੜਾ ਪਿਆਰ ਸਤਿਕਾਰ ਹੈ ਉਹਨਾਂ ਦੀ ਬਦੌਲਤ ਜਿਹੜੀਆਂ ਨਵੀਆਂ ਰੂਹਾਂ ਮਿਲਦੀਆਂ ਨੇ ਔਰ ਨਵੀਂ ਜਨਰੇਸ਼ਨ ਜਿਹੜੀ ਪਿਆਰ ਕਰਦੀ ਹੈ ਉਹਦੇ ਨਾਲ ਲੱਗਦਾ ਕਿ ਅਜੇ ਤਾਂ ਬਹੁਤ ਕੁਛ ਬਾਕੀ ਹੈ ਮਾਨ ਸਾਹਿਬ ਦਾ ਇੱਕ ਕੁਐਸਚਨ ਹੈਗਾ ਯੂ ਨੋ ਪੰਜਾਬੀ ਇੰਡਸਟਰੀ ਚ ਓਲਡ ਵਾਸ਼ ਆਫ ਦੀ ਸਿੰਗਰਸ ਬੇਸਿਕਲੀ ਹੁਣ ਇੱਕ ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਸੀਗੀ ਜਿਸ ਕੁੱਲ ਸਿੰਗਰਸ ਇਕੱਠੇ ਹੋਏ ਸੀਗੇ ਇੱਕ ਸਿੰਗਰ ਦੇਖਣਾ ਮੈਂ ਨਾਮ ਲੈ ਲੈਣੀ ਹੈ ਹਨੀ ਸਿੰਘ ਦੇ ਖਿਲਾਫ ਰਾਈਟ ਅਤੇ ਕੁਛ ਸਿੰਗਰ ਸੀਗੇ ਉਹਨਾਂ ਨੇ ਤੁਹਾਡਾ ਨਾਮ ਵੀ ਲਿਆ ਕਿ ਗੁਰਦਾਸ ਮਾਨ ਸਾਹਿਬ ਵੀ ਯੂ ਨੋ ਹਨੀ ਸਿੰਘ ਦੇ ਖਿਲਾਫ ਹੈਗੇ ਹੈ ਅਤੇ ਇਜ਼ ਦੈਟ ਟਰੂ ਮੈਂ ਕਿਸੇ ਦੇ ਖਿਲਾਫ ਨਹੀਂ ਮੈਂ ਤਾਂ ਕਿਸੇ ਬਾਰੇ ਮੰਦਾ ਬੋਲ ਹੀ ਨਹੀਂ ਸਕਦਾ ਹਮ ਨਾ ਚੰਗੇ ਬੁਰਾ ਨਾ ਤੁਹਾਡਾ ਨਾਂ ਰੱਖਣਾ ਹੈ ਹੋਏ ਸਰ ਤੁਹਾਡੀ ਲਾਸਟ ਐਲਬਮ ਜੋ ਵੀ ਆਈ ਸੀ ਰਾਈਟ ਅਤੇ ਹੁਣ ਅਸੀਂ ਵੇਟ ਕਰ ਰਹੇ ਤੁਹਾਡੀ ਨੈਕਸਟ ਐਲਬਮ ਵਾਸਤੇ ਤੁਸੀਂ ਦੱਸਣ ਦੇ ਤੁਸੀਂ ਕਿਹੜੀ ਹੁਣ ਨਈ ਕੋਈ ਐਲਬਮ ਤੁਸੀਂ ਸੁਣਨ ਨੂੰ ਮਿਲੂਗੀ ਸਾਨੂੰ ਉਸਦਾ ਨਾਮ ਕਰਨੀ ਅਜੇ ਕੀਤਾ ਪਰ ਉਸਦੇ ਗੀਤ ਤਿਆਰ ਹੋ ਜਿਹੜਾ ਹੁਣੇ ਨਵਾਂ ਸਿਨੈਰੀਓ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਰੈਪ ਕਲਚਰ ਆ ਗਿਆ ਔਰ ਲਿਰਿਕਲ ਕੁਆਲਿਟੀ ਬਹੁਤ ਘੱਟ ਹੋ ਗਈ ਹੈ ਸਰ ਤੁਸੀਂ ਪਰਸਨਲੀ ਕੀ ਸੋਚਦੇ ਹੋ ਉਹਦੇ ਬਾਰੇ ਤੁਹਾਡੀ ਬਿਕੋਜ਼ ਤੁਹਾਡੀ ਉਹ ਐਲਬਮ ਜਾਂ ਤੁਹਾਡੇ ਰਿਟਨ ਗਾਣੇ ਅਸੀਂ ਅੱਜ ਤੱਕ ਮਿਸ ਕਰਦੇ ਹਾਂ ਤੁਹਾਡੀ ਕਿੰਨੀ ਕੁ ਰਿਸਪੋਂਸੀਬਿਲਿਟੀ ਹੈ ਟੂ ਗੈਟ ਦੀ ਲਿਰਿਕਲ ਕੁਆਲਿਟੀ ਬੈਕ ਮੇਰੇ ਖਿਆਲ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬੱਚੇ ਪਲੇ ਹੈ ਬੜੇ ਹੋਏ ਜਿਸ ਤਰ੍ਹਾਂ ਦੀ ਐਜੂਕੇਸ਼ਨ ਉਹਨਾਂ ਨੇ ਹਾਸਲ ਕੀਤੀ ਹੈ ਜਿਹੜੀ ਵੈਸਟਰਨ ਕਲਚਰ ਦਾ ਉਹਨਾਂ ਦੇ ਉੱਤੇ ਪ੍ਰਭਾਵ ਹੈ ਉਹ ਪ੍ਰਭਾਵ ਤੋਂ ਬਾਹਰ ਨਹੀਂ ਨਿਕਲ ਸਕਦਾ ਸੋ ਜੋ ਉਹਨਾਂ ਨੇ ਸਿੱਖਿਆ ਵਿਚਾਰਿਆ ਨੇ ਉਹਨਾਂ ਨੇ ਕੋਸ਼ਿਸ਼ ਕਰ ਰਹੇ ਹੈ ਕਿ ਉਹਦੇ ਵਿੱਚ ਕੁਛ ਅੱਛਾ ਕਰ ਸਕਣ ਮੇਰੇ ਖਿਆਲ ਉਹ ਅੱਛਾ ਕਰ ਰਹੇ ਨੇ ਜਿੱਥੋਂ ਤੱਕ ਸ਼ਾਇਰੀ ਦਾ ਸਵਾਲ ਹੈ ਉਹਨਾਂ ਨੇ ਨਹੀਂ ਪੜ੍ਹੇ ਉਹ ਕਿਸੇ ਨੇ ਹੀਰ ਰਾਂਝਾ ਨਹੀਂ ਪੜ੍ਹਿਆ ਕਿਸੇ ਨੇ ਮਿਰਜ਼ਾ ਸਾਹਿਬਾ ਨਹੀਂ ਪੜ੍ਹਿਆ ਹੋਏਗਾ ਕਿਸੇ ਨੇ ਸੱਸੀ ਪੁੰਨੂ ਸ਼੍ਰੀ ਫਰਿਆਦ ਸੋਹਣੀ ਮਹਿਵਾਲ ਜ਼ਿੰਦਗੀ ਬਲਾਸ ਨਸੀਹਤ ਬਲਾਸ ਜਾਨੀ ਛੋ ਪੁਰਾਣੀ ਜਿਹੜੀ ਜਿਹੜੀ ਕਲਚਰ ਹੈ ਉਹਨਾਂ ਤੋਂ ਵਾਕਿਫ ਨਹੀਂ ਸੋ ਉਹਨਾਂ ਨੇ ਉਸ ਤਰ੍ਹਾਂ ਦਾ ਦੇਣਾ ਜਿਸ ਤਰ੍ਹਾਂ ਦੀ ਉਹਨਾਂ ਨੇ ਜਿਸ ਤਰ੍ਹਾਂ ਦੇ ਕਲਾਕਾਰਾਂ ਨੂੰ ਉਹਨਾਂ ਨੇ ਸੁਣਿਆ ਹੈ ਉਸੇ ਤਰ੍ਹਾਂ ਛਾਪਣ ਪ੍ਰਭਾਵ